ਡੇਰਾਬੱਸੀ ਦੇ ਵਿੱਚ ਬੀਤੇ ਦਿਨ ਹੋਏ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਫਾਇਰਿੰਗ ਮਾਮਲੇ 'ਚ ਹੁਣ ਪੁਲਿਸ ਨੇ ਜਿਹੜੇ ਐਕਿਊਜ਼ ਸੀਗੇ, ਜਿਹੜੇ ਬਦਮਾਸ਼ ਸੀ, ਉਹਨਾਂ ਨੂੰ ਕਾਬੂ ਕਰ ਲਿਆ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ 3 ਕਾਬੂ ਕੀਤੇ ਗਏ ਨੇ, ਜੋ ਕਿ ਇੱਕ ਡੇਰਾਬੱਸੀ ਦਾ ਦੱਸਿਆ ਜਾ ਰਿਹਾ, ਇੱਕ ਹਰਿਆਣਾ ਦਾ, 2 ਡੇਰਾਬੱਸੀ ਦੇ ਅਤੇ ਇੱਕ ਹਰਿਆਣਾ ਦੱਸਿਆ ਜਾ ਰਿਹਾ, ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜਿਹੜੀ ਹੁਣ ਤੱਕ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ, ਇਹਨਾਂ ਕੋਲੋਂ ਪਿਸਟਲ ਵੀ ਰਿਕਵਰ ਕੀਤੀ ਗਈ ਹੈ। ਮੋਹਿਤ ਕੁਮਾਰ ਇਹ ਰਹਿਣ ਵਾਲਾ ਹੈਗਾ ਹਰਿਆਣਾ ਅੰਬਾਲਾ ਦਾ, ਦੂਜਾ ਜਗਦੀਪ ਸਿੰਘ ਇਹ ਡੇਰਾਬੱਸੀ ਦਾ ਰਹਿਣ ਵਾਲਾ ਅਤੇ ਤੀਜਾ ਜੁਵਨਾਈਲ ਹੈ, ਇਹਨੂੰ ਵੀ ਡੇਰਾਬੱਸੀ ਤੋਂ ਅਪਰੈਂਡ ਕੀਤਾ। ਤੁਹਾਨੂੰ ਦੱਸ ਦਈਏ ਕਿ ਇੱਕ ਪਿਸਟਲ 32 ਬੋਰ ਦਾ, ਇੱਕ ਜਿੰਦਾ ਕਾਰਤੂਸ, ਦੂਜਾ ਇੱਕ ਦੇਸੀ ਪਿਸਟਲ .315 ਬੋਰ ਦੀ, ਅਤੇ 2 ਜਿੰਦਾ ਕਾਰਤੂਸ ਇਹਨਾਂ ਕੋਲੋਂ ਰਿਕਵਰ ਕੀਤੇ, ਅਤੇ ਬਾਈਕ ਵੀ ਇਹਨਾਂ ਕੋਲੋਂ ਰਿਕਵਰ ਕੀਤੀ ਗਈ ਹੈ। ਡੇਰਾਬੱਸੀ ਦੇ ਵਿੱਚ ਇਹ ਕੱਲ੍ਹ ਮਾਮਲਾ ਦਰਜ ਹੋਇਆ ਸੀਗਾ, ਕਰੀਬ 2 ਵਜੇ ਇਹ ਪੂਰੀ ਵਾਰਦਾਤ ਨੂੰ ਫਾਇਰਿੰਗ ਕਰਕੇ ਅਤੇ ਫਿਰੌਤੀ ਦੀ ਜਿਹੜੀ ਚਿੱਠੀ ਹੈ ਉਹ ਸੁੱਟ ਕੇ ਇੱਕ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਇੱਥੋਂ ਫਰਾਰ ਹੋ ਗਈ ਸੀ, ਔਰ ਉਸ ਤੋਂ ਬਾਅਦ ਲਗਾਤਾਰ ਇਹ ਭੱਜ ਰਹੇ ਸੀਗੇ। ਹਾਲਾਂਕਿ ਇਹਦੇ ਇੱਕ ਪੈਰ 'ਤੇ ਵੀ ਸੱਟ ਵੱਜੀ ਹੈ, ਭੱਜਣ ਦੀ ਇਹਨੇ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਗਿਆ। 3 ਇਹਦੇ ਵਿੱਚ ਕਾਬੂ ਕੀਤੇ ਗਏ ਨੇ, ਜੋ ਕਿ ਹੁਣ ਤੱਕ ਦੀ ਜਾਣਕਾਰੀ ਜਿਹੜੀ ਪੁਲਿਸ ਨੇ ਦਿੱਤੀ ਹੈ। ਔਰ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਸੀਗੇ ਜਿਨ੍ਹਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਇੱਥੋਂ ਫਰਾਰ ਹੋ ਗਏ ਸੀ। ਹਾਲਾਂਕਿ ਇਹ ਹਰਿਆਣਾ ਤੋਂ ਇਹਨਾਂ ਨੂੰ ਕਾਬੂ ਕੀਤਾ ਗਿਆ, ਔਰ ਇਹ ਇਹਨਾਂ ਨੇ ਜਿਹੜੀ ਗੈਂਗ ਦਾ ਨਾਂ ਲਿਆ ਸੀਗਾ ਕਿ ਅਸੀਂ ਮਨਜੀਤ ਗੁਰੀ ਦੀ ਗੈਂਗ ਤੋਂ ਹਾਂ, ਇੱਕ ਹੋਕਾ ਸਾਨੂੰ ਚਾਹੀਦਾ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਕਿਉਂਕਿ ਕਈ ਚੀਜ਼ਾਂ 'ਚ ਹੁਣ ਪੁਲਿਸ ਜਿਹੜੀ ਹੈ ਉਹ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਜਿਹੜੇ ਵੀ ਗੈਂਗਸਟਰ ਦਾ ਨਾਂ ਲੈ ਰਹੇ ਸੀਗੇ ਜਾਂ ਜਿਸ ਤਰ੍ਹਾਂ ਦੀ ਚੀਜ਼ਾਂ ਲੈ ਰਹੇ ਸੀਗੇ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਸੀਨੀਅਰ ਅਧਿਕਾਰੀ ਵੀ ਸਾਡੇ ਨਾਲ ਜੁੜਨਗੇ, ਜਿਹੜੇ SHO ਨੇ ਉਹ ਵੀ ਸਾਡੇ ਨਾਲ ਜੁੜਨਗੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ। ਅਮਨਦੀਪ ਜੀ, ਕਿਉਂਕਿ ਇਹ ਕੱਲ੍ਹ ਜਿਹੜਾ ਮਾਮਲਾ ਸਾਹਮਣੇ ਆਇਆ ਸੀਗਾ, ਲਗਾਤਾਰ ਤੁਹਾਡੀ ਜਿਹੜੀ ਟੀਮਾਂ ਹੈ ਉਹ ਲੱਗੀ ਹੋਈ ਸੀ, ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਕੀ ਆ? ਹੁਣ ਤੱਕ ਇਹਦੇ ਵਿੱਚ ਕੱਲ੍ਹ ਇੱਕ ਫਾਇਰਿੰਗ ਹੋਈ ਸੀ ਡੇਰਾਬੱਸੀ ਦੇ ਵਿੱਚ, ਇੱਕ ਐਜੂਕੇਸ਼ਨ ਆਈਲੈਟ ਸੈਂਟਰ ਦੇ ਬਾਹਰ, ਜਿਹਦੇ ਵਿੱਚ ਮੇਨ 2 ਅਨੋਨ ਲੋਕਾਂ ਨੇ ਆ ਕੇ ਫਾਇਰਿੰਗ ਕੀਤੀ ਸੀ, ਜਿਹਦੇ 'ਚ ਅਸੀਂ 3 ਲੜਕੇ ਜੋ ਅਰੈਸਟ ਕਰ ਲਏ ਨੇ, ਮੋਹਿਤ ਇੱਕ ਮਾਈਨਰ ਹੈ, ਇੱਕ ਜਗਦੀਪ ਜੱਗੂ, ਤੇ ਇਹੀ ਇਹਨਾਂ ਦੀ ਇਨਵੋਲਵਮੈਂਟ ਸੀਗੀ? ਹਾਂਜੀ ਹਾਂਜੀ, ਇਹਨਾਂ ਦੀ ਇਨਵੋਲਵਮੈਂਟ। ਇਹਦੇ 'ਚ ਮੋਹਿਤ ਨੇ ਫਾਇਰਿੰਗ ਕੀਤੀ ਸੀ ਸਰ? ਇਸ ਦੇ ਵਿੱਚ ਮੇਨ ਸੀ ਮੋਹਿਤ ਜਿਹਨੇ 4 ਰਾਊਂਡ ਫਾਇਰ ਕੀਤੇ, ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਹੈ, ਰਿਕਵਰੀ ਕੀ ਹੈ? ਇਹਦੇ ਵਿੱਚ 2 ਵੈਪਨ ਰਿਕਵਰ ਕੀਤੇ ਨੇ ਜਿਹੜੇ ਯੂਜ਼ ਕੀਤੇ ਗਏ ਸੀ, ਇੱਕ ਵੈਪਨ ਯੂਜ਼ ਕੀਤਾ ਗਿਆ ਸੀ, ਇੱਕ ਵੈਸੇ ਆਪਣੇ ਕੋਲ ਐਜ਼ ਏ ਰਿਜ਼ਰਵ ਰੱਖਿਆ ਗਿਆ ਸੀ। ਤੇ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਸਰ, ਹੋਰ ਵੀ ਇਨਵੈਸਟੀਗੇਸ਼ਨ 'ਚ ਕੁਝ ਸਾਹਮਣੇ ਆਇਆ ਹੋਵੇ? ਇਹਦੇ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ, ਬਾਕੀ ਜੋ ਹੋਏਗਾ ਤੁਹਾਨੂੰ ਦੱਸਾਂਗੇ। ਤੇ ਬਿਲਕੁਲ ਕਈ ਜਿੱਦਾਂ ਸਰ ਨੇ ਦੱਸਿਆ ਕਿ ਕਈ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਾਰਜ ਜੁੜ ਗਈ ਹੈ, ਲੇਕਿਨ ਹੁਣ ਜਿਹੜੀ ਪਹਿਲੀ ਜਿਹੜੀ ਹੁਣ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਚੀਜ਼ਾਂ ਸਾਹਮਣੇ ਆਈਆਂ ਕਿ ਕਿਸ ਤਰ੍ਹਾਂ ਇਹਨਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਔਰ ਇੱਕ ਲੈਟਰ ਜਿਹੜਾ ਉਹ ਸੁੱਟ ਕੇ ਇਹ ਫਰਾਰ ਹੋ ਗਏ ਸੀ, ਸਪਲੈਂਡਰ ਬਾਈਕ ਤੇ ਸਵਾਰ ਹੋਏ ਸੀ, ਔਰ ਇਹਨਾਂ ਦੀ ਪੂਰੀ ਜਿਹੜੀ CCTV ਫੁਟੇਜ ਹੈ ਉਹ ਸਾਹਮਣੇ ਆਈ ਸੀ। CCTV ਫੁਟੇਜ 'ਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਸੀ ਕਿ ਕਿਸ ਤਰ੍ਹਾਂ ਇਹ ਰਿਸੈਪਸ਼ਨ 'ਚ ਵੜਦੇ ਹੈ, ਰਿਸੈਪਸ਼ਨ 'ਚ ਵੜ ਕੇ ਇੱਕ ਕੁੜੀ ਨੂੰ ਇੱਕ ਲੈਟਰ ਦਿੰਦੇ ਆ। ਹਾਲਾਂਕਿ ਲੈਟਰ 'ਚ ਕੀ ਲਿਖਿਆ ਸੀਗਾ? ਲੈਟਰ 'ਚ ਲਿਖਿਆ ਸੀਗਾ ਕਿ ਇੱਕ ਹੋਕਾ ਦੇ ਦਿਓ, ਹਜੇ ਤਾਂ ਇੱਕ ਜਿਹੜੀ ਗੋਲੀ ਚੱਲੀ ਹੈ, ਤੇ ਅੱਗੇ ਜੇਕਰ ਕੋਈ ਕਾਰਵਾਈ ਨਹੀਂ ਤੁਹਾਡੇ ਵੱਲੋਂ ਨਹੀਂ ਹੋਈ ਤਾਂ 6,000 ਗੋਲੀਆਂ ਚੱਲਣਗੀਆਂ। ਇਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ। ਹਾਲਾਂਕਿ ਹੁਣ ਇਹਦੇ ਵਿੱਚ 2-3 ਚੀਜ਼ਾਂ ਨੇ ਬਹੁਤ ਅਹਿਮ ਨੇ, ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ। ਕਈ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਜਿਹਦੇ ਵਿੱਚ ਹੁਣ ਪੁਆਇੰਟ, ਕਿਉਂਕਿ ਹੁਣ ਇਹਦੇ ਵਿੱਚ 2-3 ਨਾਂ ਸਾਹਮਣੇ ਆ ਰਹੇ ਨੇ। ਇੱਕ ਤਾਂ ਪਹਿਲਾਂ ਤਾਂ ਇਹਦੇ ਵਿੱਚ ਇਹ ਗੱਲ ਹੈ ਕਿ ਜਿਹੜਾ ਇਹਨਾਂ ਨੇ ਪੂਰੀ ਰੈਕੀ ਕੀਤੀ, ਜਿਹੜਾ ਜੁਵਨਾਈਲ ਹੈ, ਜੁਵਨਾਈਲ ਦਾ ਇਹਦੇ ਵਿੱਚ ਰੋਲ ਕਾਫੀ ਸਾਹਮਣੇ ਆ ਰਿਹਾ ਕਿ ਜੁਵਨਾਈਲ ਨੇ ਕਿਸ ਤਰ੍ਹਾਂ
ਇਹ ਪੂਰੀ ਰੈਕੀ ਕਰਵਾਈ ਔਰ ਉਸ ਤੋਂ ਬਾਅਦ ਇਹ ਦੋਨਾਂ ਨੂੰ ਸਾਰਿਆਂ ਦੱਸਿਆ ਕਿ ਕਿੰਨੇ ਵਜੇ ਆਉਂਦੇ ਹੈ, ਕਿਸ ਤਰ੍ਹਾਂ ਇਹ ਇਮੀਗ੍ਰੇਸ਼ਨ ਸੈਂਟਰ ਤੇ ਵੀ ਜਾ ਕੇ ਜਿਹੜਾ ਹੈਗਾ ਲੈਟਰ ਸੁੱਟ ਕੇ ਕਿੱਥੇ ਜਾਣਾ ਹੈ। ਹਰਿਆਣਾ ਸਾਈਡ ਭੱਜੇ ਸੀਗੇ ਔਰ ਸੀਸੀਟੀਵੀ ਚ ਜਿਹੜੀ ਪੁਆਇੰਟ ਟੂ ਪੁਆਇੰਟ ਆਉਂਦੇ ਅੱਗੇ ਤੋਂ ਅੱਗੇ ਜਿਹੜੀ ਸੀਸੀਟੀਵੀ ਲੱਗੀ ਸੀ ਉਹਦੇ ਵਿੱਚ ਜਿਹੜੀ ਹੈ ਪੁਲਿਸ ਇਨਵੈਸਟੀਗੇਸ਼ਨ ਕਰ ਰਹੇ ਸੀਗੇ। ਇਹਦੇ ਵਿੱਚ ਕਿਤੇ ਨਾ ਕਿਤੇ ਹੁਣ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਪੁਲਿਸ ਹੁਣ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਕਈ ਚੀਜ਼ਾਂ ਦੇ ਵਿੱਚ ਇਹਦੇ ਵਿੱਚ ਕੰਮ ਕੀਤਾ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਅਹਿਮ ਮੰਨੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਮੋਹਾਲੀ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।